ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੇ ਜੋ ਸਟੂਡੈਂਟ CNA ਕਾਲਜ ਦੇ ਓਪਨ ਹੋਣ ਦਾ ਵੇਟ ਕਰ ਰਹੇ ਸੀ ਸੋ ਉਹਨਾਂ ਦਾ ਵੇਟ ਜੋ ਹੈ ਸਮਾਪਤ ਹੋਇਆ ਕਿਉਂਕਿ CNA ਕਾਲਜ ਓਪਨ ਹੋ ਚੁੱਕਿਆ ਹੈ ਕਾਲਜ ਆਫ ਦੀ ਨਾਰਥ ਐਟਲਾਂਟਿਕ ਜੋ ਕਿ ਨਿਊ ਫਾਊਂਡਲੈਂਡ ਐਂਡ ਲੈਬਰਡਰ ਪ੍ਰੋਵਿੰਸ ਦੇ ਵਿੱਚ ਬੇਸਡ ਹੈ ਇਸ ਕਾਲਜ ਦੇ 17 ਕੈਂਪਸ ਨੇ ਵਨ ਆਫ ਦਾ ਲਾਰਜੈਸਟ ਕਾਲਜ ਹੈ ਇਸ ਕਾਲਜ ਦੀ ਫੀਸ ਬਹੁਤ ਘੱਟ ਹੈ ਸਿਰਫ $9,500 ਫੀਸ ਹੈ ਇੱਕ ਈਅਰ ਦੀ ਯਾਨੀ ਕਿ 6 ਲੱਖ ਤੋਂ ਵੀ ਘੱਟ ਬਣਦੀ ਹੈ ਇਹਦੀ ਫੀਸ ਅਰਾਊਂਡ 5,60,000 5,70,000 ਜਾਂ 5,80,000 ਦੇ ਆਸ ਪਾਸ ਹੀ ਆਏਗੀ ਐਂਡ 2 ਸਾਲ ਦਾ ਡਿਪਲੋਮਾ ਓਪਨ ਹੋਇਆ ਹੈ ਰਿਕਾਰਡਸ ਐਂਡ ਇਨਫੋਰਮੇਸ਼ਨ ਮੈਨੇਜਮੈਂਟ ਦਾ ਡਿਪਲੋਮਾ ਓਪਨ ਹੋਇਆ ਇਹਦੇ ਚ ਕੈਂਪਸ ਹੈ ਪ੍ਰਿੰਸ ਫਿਲਿਪ ਡਰਾਈਵ ਯਾਨੀ ਕਿ ਸੇਂਟ ਜੌਨਸ ਦੇ ਵਿੱਚ ਕੈਂਪਸ ਹੈ 8 ਮਈ ਤੋਂ ਕਲਾਸਿਸ ਨੇ ਤੇ ਵਿਦ ਇਨ 2 ਡੇਜ਼ ਦੇ ਵਿੱਚ ਅਸੀਂ ਆਫਰ ਲੈਟਰਸ ਮੰਗਾ ਕੇ ਦੇਵਾਂਗੇ ਅਗਰ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਪਰਸੋਂ ਤੱਕ ਤੁਹਾਨੂੰ ਤੁਹਾਡੀ LOA ਇਸ਼ੂ ਹੋ ਜਾਏਗੀ ਲੈਟਰ ਆਫ ਐਕਸੈਪਟੈਂਸ PTE ਸਟੂਡੈਂਟਸ IELTS ਸਟੂਡੈਂਟਸ ਅਪਲਾਈ ਕਰ ਸਕਦੇ ਨੇ ਮੇਨ ਟੇਕ ਦੇ ਵਿੱਚ ਵਨ ਆਫ ਦਾ ਬੈਸਟ ਆਪਸ਼ਨ ਹੈ ਜੋ ਕੈਂਪਸ ਹੈ ਉਹ ਕਾਫੀ ਜ਼ਿਆਦਾ ਡਿਮਾਂਡਿੰਗ ਕੈਂਪਸ ਹੈ ਪਬਲਿਕ ਕਾਲਜ ਹੈ ਸੋ ਜ਼ਿਆਦਾ ਵੇਟ ਨਾ ਕਰੋ ਅਗਰ ਤੁਸੀਂ ਆਲਰੇਡੀ IELTS PTE ਕਰਕੇ ਬੈਠੇ ਹੋ ਤੁਹਾਡਾ ਗੈਪ ਹੈ ਗੈਪ ਐਕਸੈਪਟੇਬਲ ਹੈ ਅੱਜ ਹੀ ਅਪਲਾਈ ਕਰੋ CNA ਕਾਲਜ ਮੇਰੇ ਦਿੱਤੇ ਗਏ ਨੰਬਰ ਤੇ ਕਾਲ ਕਰੋ ਤੇ ਆਪਣਾ ਵੀਜ਼ਾ ਪ੍ਰਾਪਤ ਕਰੋ ਥੈਂਕ ਯੂ ਸੋ ਮਚ ਥੈਂਕ ਯੂ ਫਾਰ ਵਾਚਿੰਗ ਦਿਸ ਵੀਡੀਓ ਤੇ ਇੱਕ ਚੀਜ਼ ਹੋਰ ਇਸ ਏਰੀਆ ਚ ਜਾਣ ਦਾ ਇਹ ਵੀ ਬੈਨੀਫਿਟ ਹੈ ਕਿ ਇੱਥੇ PR ਰੂਲਸ ਵੀ ਕਾਫੀ ਰਿਲੈਕਸਿੰਗ ਨੇ 2 ਇਅਰਸ ਦੀ ਐਜੂਕੇਸ਼ਨ ਤੋਂ ਬਾਅਦ 3 ਇਅਰਸ ਦਾ ਵਰਕ ਪਰਮਿਟ ਹੈ ਸਟੱਡੀ ਕਰਨ ਤੋਂ ਬਾਅਦ ਰਾਈਟ ਅਵੇ ਤੁਸੀਂ PR ਐਲੀਜੀਬਲ ਹੋ ਸੋ ਇੱਦਾਂ ਦੇ ਕੁਝ ਬੈਨੀਫਿਟਸ ਨੇ ਘੱਟ ਫੀਸ PR ਸੌਖੀ ਮਈ ਇਨਟੇਕ ਸੋ ਇਹ ਸਾਰੇ ਆਪਸ਼ਨਸ ਨੂੰ ਧਿਆਨ ਚ ਰੱਖ ਕੇ ਤੁਸੀਂ ਸਾਡੇ ਤੋਂ ਅਗਰ ਡੀਪ ਇਹਦੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ ਸੋ ਥੈਂਕ ਯੂ ਸੋ ਮਚ ਗਾਈਜ਼